ਅੱਜ ਮੈਂ ਤੁਹਾਡੇ ਨਾਲ ਇਸ ਸਾਗ ਦੀ ਰੈਸਪੀ ਸ਼ੇਅਰ ਕਰਾਂਗੀ ਜੋ ਕਿ ਮੈਂ ਬਣਾਇਆ ਹੈ ਬਿਨਾਂ ਸਰੋਂ ਦੇ ਸਾਗ ਤੋਂ। ਬਹੁਤ ਹੀ ਟੇਸਟੀ ਬਣਦਾ ਹੈ। ਇਹ ਸਾਗ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਬਣਦਾ ਹੈ, ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ, ਇਹਦੇ ਲਈ ਆਪਾਂ ਨੂੰ ਕਿਹੜੀ ਕਿਹੜੀ ਸਬਜ਼ੀ ਚਾਹੀਦੀ ਹੈ, ਉਹ ਮੈਂ ਅੱਜ ਇਸ ਵੀਡੀਓ ਵਿੱਚ ਦੱਸਾਂਗੀ। ਚਲੋ ਸ਼ੁਰੂ ਕਰਦੇ ਹਾਂ। ਸਾਗ ਬਣਾਉਣ ਲਈ ਜੋ ਚੀਜ਼ਾਂ ਚਾਹੀਦੀਆਂ, ਬੰਦ ਗੋਭੀ, ਆਹ ਫਰੋਜਨ ਪਾਲਕ ਹੈ, ਫਰੋਜਨ ਬਰੋਕਲੀ, ਹਰੀ ਮਿਰਚ, ਲਸਣ, ਅਤੇ ਇਹਦਾ ਅੱਜ ਮੈਂ ਸਾਗ ਬਣਾਉਂਗੀ ਅਤੇ ਸ਼ੇਅਰ ਕਰੂੰਗੀ ਉਹਦੀ ਰੈਸਪੀ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਇਹਨੂੰ ਬੰਦ ਗੋਭੀ ਨੂੰ ਕੱਟ ਲਾਂਗੀ ਅਤੇ ਲਸਣ ਛਿੱਲ ਲੈਂਦੀ ਹਾਂ। ਬੰਦ ਗੋਭੀ ਮੈਂ ਹੁਣ ਕੱਟ ਲਈ ਹੈ, ਲਸਣ ਅਤੇ ਮਿਰਚਾਂ ਵੀ ਤਿਆਰ ਕਰ ਲਈਆਂ ਛਿੱਲ ਕੇ ਕੱਟ ਕੇ, ਅਤੇ ਆਪਾਂ ਇੱਦਾਂ ਵਿੱਚ ਪਾਵਾਂਗੇ। ਚਲੋ ਸਟਾਰਟ ਕਰਦੇ ਹਾਂ ਸਾਗ ਬਣਾਉਣਾ। ਸਾਗ ਮੈਂ ਕੁੱਕਰ 'ਚ ਬਣਾਉਂਗੀ। ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਇੱਕ ਪਾਣੀ ਦਾ ਗਲਾਸ ਪਾਉਂਗੀ, ਛੋਟਾ ਪਾਣੀ ਦਾ ਗਲਾਸ। ਅਤੇ ਨਾਲ ਹੀ ਇਹਦੇ ਵਿੱਚ ਬੰਦ ਗੋਭੀ ਪਾ ਦਾਂਗੀ। ਨਹੀਂ ਇਹਦੇ ਵਿੱਚ ਮਿਰਚ ਅਤੇ ਲਸਣ। ਅੱਧਾ ਚਮਚ ਮੈਂ ਨਮਕ ਪਾਵਾਂ। ਫਰੋਜ਼ਨ ਪਾਲਕ ਪਾ ਦਾਂਗੇ ਇਹਦੇ ਵਿੱਚ। ਅਤੇ ਫਰੋਜ਼ਨ ਬਰੋਕਲੀ। ਇਹਨਾਂ ਨੂੰ ਥੋੜ੍ਹਾ ਥੱਲੇ ਹੋਣ ਦੇਵਾਂਗੇ ਅਤੇ ਉਸ ਤੋਂ ਬਾਅਦ ਮੈਂ ਇਹਦਾ ਕੁੱਕਰ ਦਾ ਢੱਕਣ ਲਗਾਉਂਗੀ। ਸਬਜ਼ੀਆਂ ਥੱਲੇ ਹੋ ਗਈਆਂ ਆ ਅਤੇ ਹੁਣ ਮੈਂ ਕੁੱਕਰ ਦਾ ਢੱਕਣ ਲਾ ਦਾਂਗੀ। ਇੱਕ ਸੀਟੀ ਮੈਂ ਫੁੱਲ ਫਲੇਮ 'ਤੇ ਲਗਾਉਂਗੀ ਅਤੇ ਉਸ ਤੋਂ ਬਾਅਦ ਮੈਂ ਗੈਸ ਘੱਟ ਕਰ ਦੂੰਗੀ ਮੀਡੀਅਮ ਤੋਂ ਸਲੋ ਦੇ ਵਿੱਚ, ਅਤੇ ਫਿਰ ਉੱਥੇ ਪਕਾਵਾਂਗੀ।
ਤੇਰੀ ਲੱਗ ਗਈ ਹੈ, ਹੁਣ ਮੈਂ ਗੈਸ ਘੱਟ ਕਰ ਦੂੰਗੀ, ਮੀਡੀਅਮ ਤੋਂ ਸਲੋ ਦੇ ਵਿੱਚ ਵਿੱਚ ਤੈਨੂੰ ਇੱਦਾਂ ਪੱਕਣ ਦੇਵਾਂਗੀ। 20 ਮਿੰਟ ਮੈਂ ਪਕਾਉਂਗੀ ਇਹਨੂੰ। ਸਾਗ ਨੂੰ ਰੱਖਿਆ ਹੁਣ 15-20 ਮਿੰਟ ਹੋ ਗਏ ਆ ਅਤੇ ਮੈਂ ਗੈਸ ਬੰਦ ਕਰ ਦਾਂਗੀ। ਕੁੱਕਰ ਹੁਣ ਆਪਾਂ ਬਾਅਦ 'ਚ ਖੋਲ੍ਹ ਕੇ ਦੇਖੂੰਗੀ। ਕੁੱਕਰ ਮੈਂ ਹੁਣ ਉਦੋਂ ਖੋਲੂੰਗੀ ਜਦੋਂ ਇਹਦਾ ਸਾਰਾ ਪ੍ਰੈਸ਼ਰ ਆਪਣੇ ਆਪ ਖਤਮ ਹੋ ਜਾਏਗਾ। ਕੁੱਕਰ ਦਾ ਪ੍ਰੈਸ਼ਰ ਖਤਮ ਹੋ ਗਿਆ ਸਾਰੇ ਉੱਪਰ, ਹੁਣ ਮੈਂ ਇਹਨੂੰ ਖੋਲ੍ਹ ਕੇ ਦੇਖਾਂ। ਇਹਨੂੰ ਸਾਗ ਘੋਟਣੀ ਕਹਿੰਦੇ ਆ, ਇੰਡੀਆ ਤੋਂ ਲਿਆਂਦੀ ਆ ਮੈਂ। ਇਹਦੇ ਨਾਲ ਆਪਾਂ ਇਹਨੂੰ ਇੱਦਾਂ ਕਰਕੇ ਦੇਖਣਾ। ਇਹ ਸਾਗ ਮੈਂ ਇਹਦੇ ਨਾਲ ਹੀ ਘੋਟੂੰਗੀ। ਇਹ ਮੱਕੀ ਦਾ ਆਟਾ ਹੈ, ਇਹਦਾ ਮੈਂ ਅੱਲਣ ਪਾਉਂਗੀ ਇਹਦੇ ਵਿੱਚ। ਸਾਗ ਨੂੰ ਮੈਂ ਚੰਗੀ ਤਰ੍ਹਾਂ ਘੋਟ ਲਿਆ ਹੈ। ਬਹੁਤ ਅੱਛਾ ਸਾਗ ਬਣਿਆ। ਸਾਗ ਬਣ ਗਿਆ ਹੈ, ਹੁਣ ਮੈਂ ਇਹਦੇ ਤੜਕੇ ਦੀ ਤਿਆਰੀ ਕਰਾਂਗੀ। ਉਹਦੇ ਵਿੱਚ ਮੈਂ ਪਿਆਜ਼, ਥੋੜ੍ਹੀ ਹਰੀ ਮਿਰਚ, ਇੱਕ ਹਰੀ ਮਿਰਚ ਹੋਰ ਪਾਵਾਂਗੀ ਉਹਦੇ ਵਿੱਚ, ਅਤੇ ਥੋੜ੍ਹਾ ਅਦਰਕ ਲਸਣ ਪਾ ਲਿਆ ਹੈ ਸਾਗ 'ਚ ਪਹਿਲਾਂ ਹੀ, ਥੋੜ੍ਹਾ ਨਮਕ ਪਾਵਾਂਗੀ ਜੇ ਘੱਟ ਵੱਧ ਹੋਇਆ। ਸਾਗ ਦੇ ਤੜਕੇ ਲਈ ਮੈਂ ਪਿਆਜ਼ ਮਿਰਚ ਕੱਟ ਲਈ ਹੈ ਅਤੇ ਅਦਰਕ ਮੈਂ ਪੀਸ ਲਿਆ ਹੈ। ਤੁਸੀਂ ਚਾਹੋ ਤਾਂ ਕੱਟ ਸਕਦੇ ਆ, ਪਰ ਮੈਂ ਪੀਸ ਲਿਆ ਹੈ, ਤੁਸੀਂ ਜਿੱਦਾਂ ਚਾਹੋ ਪਾ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ ਤੜਕਾ। ਸਭ ਤੋਂ ਪਹਿਲਾਂ ਮੈਂ ਰਿਫਾਇੰਡ ਆਇਲ ਪਾ ਲਾਂਗੀ। ਤੇਲ ਥੋੜ੍ਹਾ ਗਰਮ ਹੋਣ ਦਊਂਗੀ ਅਤੇ ਫਿਰ ਉਹਦੇ ਵਿੱਚ ਪਿਆਜ਼ ਪਾਉਂਗੀ।
तेल थोड़ा गर्म हो गया है, मैं प्याज पा रहा हूँ। प्याज हम ब्राउन हो गए, इसके बीच में अदरक लहसुन की मिर्च पा दूं। थोड़ा मेरे लिए नमक पा दूं, बस हूँ आप साग पा दूं। सारा साग मैं इधर पा लेंगे, साग सारा तड़क विच में पा लिया है, इन्हें मिक्स करेंगे चंगी तरह। इस साग का टेस्ट बिल्कुल सरों के साग वर्गा लगता है, ट्राई जरूर करियो जेड़ा भी वीडियो देखो। हुण इहदे विच मक्की दे आटे दा आलण पाया सी तां उह मैं उत्थे पकाया नहीं, ते इत्थे इहनूं मैं 10 तों 15 मिंट पकाऊंगी सिम ते, बिल्कुल सिम गैस करके गैस में ढक देंगे। बीच बीच चेक करते रहेंगे, साग नूं हिलाते रहेंगे। चलो चेक करती हूँ साग रेडी है कि नहीं, साग रेडी है बिल्कुल खाने। हूँ मैं इन्हें सर्व करा।
ਸਾਗ ਬਣ ਕੇ ਤਿਆਰ ਆ। ਇਹਨੂੰ ਹੁਣ ਮੈਂ ਸਰਵ ਕਰਾਂਗੀ ਥੋੜ੍ਹੇ ਜਿਹੇ ਦੇਸੀ ਘਿਓ ਦੇ ਨਾਲ। ਮਿਕਸ ਕਰ ਦਿਓ।